चलो। हाँ जी दोस्तों, अस्सलाम वालेकुम। और सुनाओ की हाल चाल है, की चल रहा है। तो जनाबे आला, इस टाइम असी हाजिर हाँ उस्ताद आशिक हुसैन साहब की छत ते। तो शौक कर रहे ने उस्ताद अजहर नियाजी साहब, नियाजी बरादरां दे छोटे भाई कसूर तो। उस्ताद आशिक हुसैन साहब इस टाइम छत ते मौजूद नहीं, वह गए ने कितले दावत ते। अभी ये ऑफ होगा जब लाइव, तो फिर एक्सेप्ट होगा, वो हो जाएंगे ना। तो जनाब उस्ताद आशिक हुसैन साहब की छत ते, डेरे वाली छत, पीर मौजी शाह वाली, शौक कर रहे ने उस्ताद अजहर नियाजी साहब, अली डार साहब, उस्ताद अली डार साहब लाहौर तो, कनाल सिटी, कनाल व्यू सिटी नहीं कनाल व्यू सोसाइटी जी। ते मैं इन्हां दा फिर नाम भुल गया, उस्ताद उस्ताद इफ्तिखार साहब चुनिया वाले जी, ये भी शौक कर रहे ने। ते तुहाडा नाम जुहेब साहब जी ठोकर नियाज बेग तो, ते नवीद साहब ठोकर नियाज बेग तो, ये भी ठोकर नियाज बेग लाहौर, नहीं ठोकर नियाज बेग लाहौर चाहिए। हां जी ਜੀ ਲੋ ਜੀ ਸ਼ੌਕ ਕਰ ਰਹੇ ਨੇ। ਸ਼ੇਰੀ ਦੱਸਿਆ ਕਿਹੜੇ ਕਿਹੜੇ ਨੇ? ਮਾਸ਼ਾਅੱਲਾ 11 ਫਿਰਦਾ ਵੱਡਿਆ ਜੀ ਐ ਕਿਹੜਾ ਕੋਰ ਕਮਾਂਡਰ ਤੇ ਦੁਬਈ ਵਾਲਾ ਕ੍ਰਾਸ? ਲੋ ਜੀ ਕੋਰ ਕਮਾਂਡਰ ਤੇ ਦੁਬਈ ਵਾਲਾ ਕ੍ਰਾਸ, ਜਿਹੜੀ ਮੈਡਮ ਲੱਖ ਰੁਪਏ ਦੀ ਜਿਹੜੀ ਹਾਂਜੀ ਆਈ ਸੀ ਨਾ, ਉਹਦਾ ਯਾਨੀ ਕਿ ਉਸ ਬਰੀਡ ਦੇ ਵਿੱਚੋਂ ਤੇ ਜੋਕਰਾਂ ਦਾ ਕ੍ਰਾਸ ਹੈ। ਸਹੀ ਮਾਸ਼ਾਅੱਲਾ, ਬਹੁਤ ਜ਼ਬਰਦਸਤ। ਮਾਸ਼ਾਅੱਲਾ ਉਸਤਾਦ ਨੇ ਬਰੀਡ ਬੜੀ ਅੱਛੀ ਬਣਾਈ। ਤੁਸੀਂ ਦੇਖੋ ਕੋਈ ਵੀ ਪਰਿੰਦਾ ਹੈਗਾ ਨਾ ਜੀ, ਉਹ ਆਪਣੇ ਵਜੂਦ ਚ ਮੁਕੰਮਲ ਹੋਏਗਾ। ਬਿਲਕੁਲ ਜੀ, ਵਜੂਦ ਬਿਲਕੁਲ ਪੂਰੇ ਵਜੂਦ ਤੇ ਪੂਰਾ ਸਖਤ ਵਜੂਦ ਸਟੈਮਿਨਾ ਜੀ ਬਿਲਕੁਲ ਲੂਜ਼ ਨਹੀਂ। ਮਾਸ਼ਾਅੱਲਾ ਵੀ ਕੋਰ ਕਮਾਂਡਰ ਤੇ ਗੋਲਡਨ ਕ੍ਰਾਸ ਹੈ, ਅਗਲੇ ਦਿਨ ਲਿਆਦਾ ਹੀ ਆ, ਸਾਡਾ ਜੇਠ ਚ ਗਿਆ ਸੀ। ਅੱਛਾ 60,000 ਰੁਪਏ ਦਾ ਲਿਆਦਾ ਕੋਈ ਕਰੋੜ ਤੇ ਉਹਦਾ ਭਰਾ ਨਹੀਂ ਯਾਨੀ ਨੋ ਟੈਨਸ਼ਨ ਹੈ ਨਾ। ਹਾਂ ਜੀ ਭਾਜੀ, ਇਹਦੀ ਵੀ ਬੜੀ ਲੰਮੀ ਸਟੋਰੀ ਹੈ। ਇਹ 60,000 ਰੁਪਏ ਦਾ ਲਿਆਂਦਾ, ਥੱਲੇ ਬਹਿ ਕੇ ਰੋਟੀ ਖਾਣ ਵਾਲੇ ਗੈਪ ਕਰ ਗਏ ਸਨ। ਅੱਛਾ, ਤੂਫਾਨ ਦੇ ਵਿੱਚ ਹਟ ਗਿਆ ਸੀ ਜੀ, ਤੇ ਇੱਥੇ ਬਹਿ ਕੇ ਆਉਣ ਵਾਲੇ ਸ਼ੌਕ ਕਰਕੇ ਰੋਟੀ ਖਾਣ ਵਾਲੇ ਬੰਦੇ ਆ, ਉਹਨਾਂ ਫੜ ਲਿਆ ਤੇ ਗੈਪ ਕਰਕੇ, ਫਿਰ 60,000 ਦਾ ਅਦਾ ਕੀਤਾ ਤੇ ਵਾਪਸ ਲਿਆਂਦਾ ਜੀ ਉਸਤਾਦ ਹੋਰਾਂ ਨੇ। ਕੀ ਬਾਤ ਹੈ ਜੀ, ਰੋਟੀ ਦਾ ਅਕਦਾ ਕਰਦੇ, ਰੋਟੀ ਦਾ ਅਕਦਾ ਕੀਤਾ। ਹਾਂ ਜੀ, ਉਹਨੇ ਕਿਹਾ ਜੀ ਤੁਹਾਡੇ ਕੋਲ ਖਾਣੇ ਆ ਰੋਟੀ, ਤੁਸੀਂ ਯਾਦ ਕਰੋਗੇ। ਰੋਟੀ ਥੋੜੀ ਤਾਂ ਖਾਧੀ ਆ ਤੇ ਬਗੈਰਤੀ ਕੀਤੀ। ਹਾਂ, ਐਸੇ ਹੁੰਦੇ ਨੇ ਲੋਕ, ਨਮਕ ਹਰਾਮ ਹੀ ਹੁੰਦੇ। अच्छा, एक बारी उस्ताद होनी तुसी बैठे सी, दिखा रहे सी कबूतर ना जी, नस्ल जेड़ी ए उदो तकरीबन कोई 8:30 दा टाइम सी के 7:30 दा जी, ते आ उतो लादा सी पया, ते कोर कमांडर दे नाल ही बार बार आन जान करदे सन बनेरे च जी। 8:30 ते 9 बजे बैठे सन अगड़ पिछड़। आ देखो फल्ला, देखो ਜੀ ਉਸਤਾਦ ਅਮਰ ਸੁਲਤਾਨ ਸਾਹਿਬ ਜੀ ਵੈਲਕਮ ਕਹਿੰਦੇ ਨੇ ਪਏ ਤੁਹਾਨੂੰ ਸਿਆਲਕੋਟ ਆਉਣ ਤੋਂ। ਵਾਲੇਕੁਮ ਸਲਾਮ, ਕੀ ਬਾਤ ਹੈ। ਅਮਰ ਸੁਲਤਾਨ ਸਾਹਿਬ ਜਿਹੜੇ ਵੱਡੇ ਭਾਈ ਨੇ ਮੇਰੇ, ਉਹ ਨੇ ਜੀ ਜੀ। ਅਸਲਾਮ ਅਲੈਕੁਮ ਭਾਜਾਨ, ਕੀ ਹਾਲ ਹੈ, ਠੀਕ ਹੋ, ਖਰੀਅਤ ਹੈ ਜੀ? ਸ਼ੇਰੀ ਨੂੰ ਵੀ ਜੀ ਸਲਾਮ, ਸ਼ੇਰੀ ਤੈਨੂੰ ਵੀ ਸਲਾਮ ਭੇਜੀ ਵੀ ਰਾਣੇ ਤਾਹਿਰ ਨੇ। ਦੇਖੋ ਲੱਖ ਅਗਲੇ ਨਜ਼ਰ ਆ ਰਿਹਾ ਨਹੀਂ, ਲੱਖ ਟੈਡੀ
ਬਹੁਤ ਜ਼ਬਰਦਸਤ ਅੱਛਾ ਮਾਦੀ ਦਾ ਸ਼ੌਕ ਕਰਾਉਣਾ ਜੋ ਵੱਡੀ ਦਾ ਵੱਡੀ ਮਾਦੀ ਕਾਰ ਹੈ ਜੋ ਉਹ ਕਾਰ ਲੈ ਗਿਆ ਕੋਰ ਕਮਾਂਡਰ ਕੋਰ ਕਮਾਂਡਰ ਹਾਂ ਕੋਰ ਕਮਾਂਡਰ ਉਸ ਕਲਰ ਚ ਜੀ ਭੈਣ ਨੇ ਤੇ ਹਾਂ ਉਹ ਜਿਹੜੀ ਹੈ ਨਾ ਮਾਦੀ ਉਹ ਹੁਣ ਟਾਈਮ ਓਵਰ ਕਰਨ ਲੱਗ ਪਈ ਸੀ ਜਿਹੜਾ ਵੀ ਟਾਈਮ ਹੁੰਦਾ ਸੀ ਨਾ ਉਹ ਉਹਦੇ ਤੋਂ ਬਾਅਦ ਹੀ ਪੈਂਦੀ ਸੀ ਹਾਂ ਜੀ ਉਸਤਾਦ ਨੇ ਮੈਂ ਇਸ ਵਾਰ ਤੈਨੂੰ ਘਰ ਲੈ ਕੇ ਨੂੰ ਥੋੜਾ ਜਿਹਾ ਇੱਥੋਂ ਰੂਟੀਨ ਚ ਨੂੰ ਹਟਾਇਆ ਜਾਏ ਤੇ ਫਿਰ ਜੀ ਅਲੀ ਭਾਈ ਕੈਸੇ ਨੇ ਪਿੰਦੇ ਬਹੁਤ ਆਊਟ ਕਲਾਸ ਹੀ ਮਾਸ਼ਾਅੱਲਾ ਹਰ ਚੀਜ਼ ਪੂਰੀ ਹੈ ਇਨਕੀ ਅੱਛਾ ਇਸ ਚੀਜ਼ ਦੇ ਵਜੂਦ ਦੇਖੋ ਕਿ ਐਡੇ ਵੱਡੇ ਨਹੀਂ ਬੈਲੈਂਸ ਮੇ ਹੈ ਬਿਲਕੁਲ ਨਾਰਮਲ ਵਜੂਦ ਹੈ ਔਰ ਇਸੀ ਵਜੂਦ ਕਾ ਜਾਨਵਰ ਜੋ ਇਨਸਾਨ ਹੈ ਇਸੀ ਵਜੂਦ ਕਾ ਕਿ ਇਨਸਾਨ ਕਹੇ ਕਿ ਜ਼ਿਆਦਾ ਬੜਾ ਮੈਂ ਪਕੜ ਲੂੰ ਜਾਨਵਰ ਉਹ ਜ਼ਿਆਦਾ ਉੜੇਗਾ ਨਹੀਂ ਜੋ ਇਸ ਮੀਡੀਅਮ ਵਜੂਦ ਕਾ ਹੈ ਵੋ ਹੀ ਉੜੇ ਇਹ ਫੋਰ ਕਮਾਂਡਰ ਜੀ ਜੀ ਕੋਰ ਕਮਾਂਡਰ ਕੋਰ ਕਮਾਂਡਰ ਇਹ ਜੀ ਅਸੀਂ ਉਸਤਾਦ ਜੀ ਉਹਨੂੰ ਕਹਿੰਦੇ ਆ ਮੈਡਮ ਮੈਡਮ ਕਿ ਉਹਦੀ ਭੈਣ ਸ਼ੇਰੀਆ ਭੈਣ ਹੈ ਉਹਦੀ ਨਹੀਂ ਉਹ ਤੁਹਾਨੂੰ ਹੋਰ ਚੀਜ਼ ਦਿਖਾ ਰਹੇ ਕਲਰ ਚਾਹੀਦੇ ਬਿਲਕੁਲ ਮਜ਼ਾ ਆ ਗਿਆ ਜੀ ਬਹੁਤ ਮਜ਼ਬੂਤ ਕਬੂਤਰ ਤਕਰੀਬਨ ਸਭ ਦੇ ਇਸ ਤਰ੍ਹਾਂ ਦੇ ਹੋਣਗੇ ਕਲਰ ਜਿੰਨੇ ਵੀ ਨਾ ਸਲਾਹ ਵੀ ਜੋ ਕਰ ਦੇ ਬਈ ਜੀ ਜੈਸੇ ਚੁਪਲੋਂ ਚਲਾ ਹੋਵੇ ਨਾ ਤਾਂ ਮੈਂ ਸਮਝ ਨਹੀਂ ਕੋਈ ਕਾਲੇ ਚਲੇ ਹੋਏ ਜੱਟ ਇਹ ਪਹਿਲੇ ਤੁਸੀਂ ਲੈ ਕੇ ਆਏ ਸੀ ਦੂਸਰੇ ਨੰਬਰ ਦਾ ਸ਼੍ਰੀ ਤੋਂ ਕੋਈ ਲਾਈਟ ਨਹੀਂ ਹੈ ਠੀਕ ਹੈ ਕੋਈ ਗੱਲ ਨਹੀਂ ਪੂਰੀ ਉੱਤੇ ਲੜਾਈ ਜਾਣੀ ਹੈ ਤੁਸੀਂ ਵੀ ਆ ਜਾਓ ਇੱਧਰ ਸ਼ੌਪ ਕਰ ਲਓ ਆ ਕੇ ਉਹਨਾਂ ਨੇ ਸ਼ੌਪ ਇਤਨਾ ਨਹੀਂ ਸ਼ੌਪ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਨਹੀਂ ਉਸੇ ਦੀ ਭੈਣ ਨੂੰ ਨਹੀਂ ਤਾਂ ਨਿਕਲੀ ਗਈ ਨਹੀਂ ਆ ਰਹੀ ਹਾਂ ਜ਼ਬਰਦਸਤ ਮਾਸ਼ਾਅੱਲਾ ਇਫਤਖਾਰ ਭਾਈ ਮਿਹਨਤ ਨਾ ਕਬੂਤਰਾਂ ਦੇ ਜੀ ਕਿਨ ਕੋ ਜਿਸਮ ਕਮਾਲ ਆਊਟ ਕਲਾਸ ਉਹ ਪੂਰੇ ਗੇਂਦ ਬਣੇ ਨੇ ਗਲਾਈ ਦੇਖੋ ਇਹ ਸਿਰਫ ਕਿ ਇਹਨਾਂ ਦੀ ਮਿਹਨਤ ਹੈ ਔਰ ਬਾਹਰ ਕੱਢਦੇ ਰਹਿੰਦੇ ਨੇ ਕਬੂਤਰ ਬਿਲਕੁਲ ਬਣੇ ਨੇ ਇਹ ਜਿੰਨੇ ਵੀ ਨੇ ਸਭ ਉੱਡਣ ਵਾਲੇ ਇੱਥੇ ਜਿਹੜੇ ਨੇ ਬੱਚੇ ਆ ਜਾਣੇ ਨੇ ਪਹਿਲੇ ਉੱਥੇ ਨੇ ਫਿਰ ਇੱਥੇ ਆਉਣੇ ਜਦੋਂ ਟ੍ਰੇਨਿੰਗ 'ਚ ਆਉਣੇ ਨੇ ਫਿਰ ਇਸ ਤਰ੍ਹਾਂ ਚੱਲਦੇ ਆਉਣੇ ਨੇ ਸਾਰੇ ਫਿਰ ਉੱਥੋਂ ਤੱਕ ਪਹੁੰਚ ਕੇ ਫਿਰ ਬਾਹਰ ਉਹ ਸ਼ੁਰੂ ਹੋ ਜਾਣੇ ਬਾਅਦ ਇਹ ਕੋਰ ਕਮਾਂਡਰ ਦੀ ਭੈਣ ਹੈ ਅਜੇ ਮਾਦੀ ਨਿਕਲ ਸਿਰੀ ਦੇਖ ਹਾਂਜੀ ਉਸਕਾ ਬਾਈ ਉਹ ਨਾਲ ਜੋਕਰ ਗੋਲਡਨ ਲਗਾ ਤਕਰੀਬਨ ਸਭ ਚਾਹੀਦਾ ਕਿਉਂਕਿ ਬੇਸ ਪਿੱਛੇ ਇੱਕ ਇੱਕ ਉਹੀ ਜੋਕਰ ਦੀ ਹੋਈ ਸਭ ਸਵਾਦ ਮੇਨਟੇਨ ਨਹੀਂ ਐਸਾ ਕੀਤਾ ਸਭ ਦੇ ਸਾਰਿਆਂ ਦਾ ਪੰਜਾ ਇਹੀ ਉੱਡੇ ਸਭ ਸਿਰਫ ਇੱਕ ਮਾਦਾ ਹੀ ਹੈ ਸਹੀ ਇਹਦਾ ਵੀ ਮਗਰ ਥੋੜਾ ਕੰਮ ਹੈ ਬਹੁਤ ਜ਼ਿਆਦਾ ਬਿਲਕੁਲ
ਕਪਤਾਨ ਵੀ ਤੁਸੀਂ ਬੈਠ ਜਾਓ ਮੈਂ ਥੱਕ ਗਿਆ ਅੱਜ ਬੈਠ ਬੈਠ ਕੇ ਹਾਂ ਬੈਠ ਬੈਠ ਮੈਂ ਥੱਕ ਗਿਆ ਅਸਲ ਮੈਂ ਖੜਾ ਜ਼ਿਆਦਾ ਈਜ਼ੀ ਰਹਿੰਦਾ ਇਹਦਾ ਕੀ ਨਾਮ ਹੈ ਆਪਣੇ ਲੜਕੇ ਦਾ ਸ਼ੇਰੀ ਸ਼ੇਰੀ ਬੇਟਾ ਇੱਥੋਂ ਕੋਈ ਦੋ ਕਬੂਤਰ ਵੱਲ ਲਾ ਕੇ ਹਾਥ ਬਸ ਕਰ ਲੱਖ ਜਿਹੜੇ ਇੱਧਰ ਲੱਗੇ ਫਿਰ ਸਿਰਫ ਖਮੋਸ਼ੀ ਦੇਖਿਆ ਤੁਸੀਂ ਜਿਹੜੀ ਤੁਸੀਂ ਚੀਜ਼ ਦੇਖ ਰਹੇ ਹੋ ਇਹ ਲੋਕ ਜੋੜਿਆਂ 'ਚ ਪਾਉਂਦੇ ਨੇ ਔਰ ਯਹੀ ਚੀਜ਼ ਇਸਕੋ ਵਾਪਸ ਲੈ ਕੇ ਆਤੀ ਹੈ ਮਗਰ ਉਹਨਾਂ ਨੂੰ ਉਡਾਣੇ ਵਾਲੋਂ ਮੈਂ ਰੱਖਿਆ ਜੀ ਉਡਾਏਂਗੇ ਤੋ ਯਹੀ ਚੀਜ਼ ਕਬੂਤਰ ਕੋ ਬੁਲੰਦੀ ਕਰਕੇ ਟਾਈਮ ਲਗਾ ਕੇ ਕਬੂਤਰ ਕੋ ਵਾਪਸ ਲੈ ਕੇ ਆਤੀ ਹੈ ਘਰ ਅਗਰ ਯਹ ਚੀਜ਼ ਇਸਕੇ ਬੀਚ ਮੇਂ ਨਾ ਹੋ ਕਬੂਤਰ ਕੇ ਬੀਚ ਮੇਂ ਵੋ ਫਾਰਗ ਹੈ ਕਬੂਤਰ ਅਗਰ ਨੋਰਮਲ ਮਾਜੀ ਨਹੀਂ ਦੇਖੀ ਇਸਕਾ ਸਕਾ ਬਣ ਗਈ ਜਿਹਦੇ ਆਪਾਂ ਕਹਿੰਦੇ ਸੋ ਕਿ ਪੰਜੇ ਹਲਕੇ ਨੇ ਹਾਂਜੀ ਹਾਂਜੀ ਉਹਦਾ ਪ੍ਰੋਬਲਮ ਉਹਦਾ ਭਾਈ ਹੈ ਕਿਸੀ ਵੀ ਕਬੂਤਰ ਕਾ ਪਕੜ ਲੇ ਤੋ ਯੇ ਸੁਲਤਾਨ ਭਾਈ ਆਪਕੀ ਬਾਤੇ ਸੁਣ ਰਹੇ ਥੇ ਆਪਕੀ ਰਾਜ ਕੀ ਬਾਤ ਸਾਡੇ ਨਾ ਇੱਕ ਬੰਦਾ ਸੀ ਪਿੰਡ ਹੁੰਦਾ ਉਹਨੂੰ ਜ਼ਰਾ ਉੱਚਾ ਸੁਣਿਆ ਜਾਂਦਾ ਸੀ ਤੋ ਡੇਰੇ ਤੇ ਕੋਈ ਹੋਣਾ ਨਾ ਕੋਈ ਮੁਨਸਿਪੀ ਵਗੈਰਾ ਜਾਂ ਕੋਈ ਇਕੱਠ ਹੋਣਾ ਤੇ ਉਹਨੂੰ ਕਹਿਣਾ ਕੋਈ ਸਲਾਹ ਕਰ ਲਓ ਜਵਾਈ ਆਪਸ ਚ ਤੇ ਸਲਾਹ ਕਰਨ ਵਾਸਤੇ ਕੋਈ 6-7 ਕਿੱਲੇ ਬੰਦਾ ਪਰਾਂ ਖੜਦਾ ਹੁੰਦਾ ਜਦੋਂ ਉੱਚਾ ਬੋਲਣਾ ਪੈਂਦਾ ਸੀ ਨਹੀਂ ਜੀ ਸੁਲਤਾਨ ਭਾਈ ਮੈਂ ਗਲਤ ਤਾਂ ਨਹੀਂ ਕਹਿ ਰਿਹਾ ਇਸ ਬਾਰੇ ਨਹੀਂ ਨਹੀਂ ਆਪ ਬਿਲਕੁਲ ਠੀਕ ਕਹਿ ਰਹੇ ਹੋ ਇਹ ਚੀਜ਼ ਹੈ ਜੀ ਬਿਲਕੁਲ ਐਸੇ ਹੀ ਹੈ ਕਿਉਂਕਿ ਕਬੂਤਰ ਜਬ ਖਤਮ ਹੋਤਾ ਹੈ ਉਹ ਬਿਲਕੁਲ ਉਸਕੋ ਇਸੀ ਚੀਜ਼ ਮੇਂ ਜਿਸ ਪਰ ਮੇਂ ਇਹ ਚੀਜ਼ ਹੋਗੀ ਕੁਆਲਿਟੀ ਹੋਗੀ ਤੋ ਉਹ ਵਾਪਸ ਆਏਗਾ ਮਰ ਜਾਏਗਾ ਘਰ ਆ ਕੇ ਹੀ ਮਰੇਗਾ ਬੇਸ਼ੱਕ ਕੱਲ ਆਏ ਪਰ ਘਰ ਪਹੁੰਚੇਗਾ ਦਰੂ ਘਰ ਹੀ ਪਹੁੰਚੇਗਾ ਲਾਜ਼ਮੀ ਹੈਲੋ ਮੈਂ ਮੇਰੇ ਪਾਸ ਨਾ ਵਾਲੇਕਮ ਸਲਾਮ ਇਸ ਮੇਂ ਤਾਂ ਇਸ ਮੇਂ ਰੀਡ ਪਿੱਛੇ ਸੇ ਜੋ ਇੱਕ ਹੀ ਚਲੀ ਆ ਕ੍ਰਾਸ ਮੇਂ ਆ ਰਹੀ ਹੈ ਐਸੇ ਨਿਕਲਾ ਕਿ ਮੈਂ ਉਸ ਪਹਿਲੇ ਬੰਧਾ ਦੋ ਤਿੰਨ ਦਿਨ ਟੇਪ ਕਰਕੇ ਨੀਚੇ ਛੋੜਾ ਖੋਲ ਦਿਆ ਡਰ ਕੇ ਉੜਾ ਡਰ ਕੇ ਉੜਨੇ ਮੈਂ ਉਹ ਬੁਲੰਦੀ ਪਕੜ ਗਿਆ ਬੁਲੰਦੀ ਪਕੜ ਕੇ ਵਾਪਸ ਨੀਚੇ ਆ ਘਰ ਨਹੀਂ ਨਹੀਂ ਮੈਂ ਇਧਰੋਂ ਵਾਪਸੀ ਧੋ ਕੇ ਜਾਣੇ ਆ ਅਗਲੇ ਦਿਨ ਸ਼ਾਮ ਕੋ ਘਰ ਵਾਪਸ ਆ ਗਿਆ ਇਹ ਇਧਰੋਂ ਪਤਾ ਨਹੀਂ ਕਿਧਰੋਂ ਲੈ ਪਹਿਲੇ ਦਿਨ ਉੜ ਕੇ ਰਾਤ ਰਹਿ ਗਿਆ ਲੈ ਕੇ ਆਏ ਨੇ ਪਤਾ ਨਹੀਂ ਅਗਲੇ ਦਿਨ ਫਿਰ ਵਾਪਸ ਆ ਗਿਆ ਸ਼ਾਮ ਕੋ ਬਤਾਇਆ ਤਾਂ ਉਹ ਜਿਸਨੇ ਕਹਤੇ ਨਾ ਚਿਟੀਆਂ ਮਾਰ ਗਿਆ ਉਸਦੀ ਕੰਡੀਸ਼ਨ ਸੀ ਤਾਂ ਬਿਲਕੁਲ ਘਰ ਆ ਕੇ ਬੈਠਾ ਦਾਣਾ ਨਹੀਂ ਕਿਸੇ ਉਸਨੇ ਖਾਇਆ ਕਿਉਂ ਭਾਈ ਸੁਲਤਾਨ ਉਹਨੇ ਨਾਲ ਸੀ ਕੁਆਲਿਟੀ ਆ ਡੈਫੀਨਿਟਲੀ ਹੋਗੀ ਕਿਉਂਕਿ ਇਨਕੀ ਬਲੱਡ ਲਾਈਨ ਮੇਂ ਇਹ ਚੀਜ਼ ਸਾਰੇ ਕਬੂਤਰ ਮੇਂ ਚਲਦੀ ਹੈ ਬਿਲਕੁਲ ਐਸਾ ਹੀ ਹੈ ਆਪ ਕਿਸੇ ਛੱਤ ਪੇ ਚਲੇ ਜਾਏ ਕਿਸੇ ਕਬੂਤਰ ਮੇਂ ਹੋਗੀ ਕਿਸੇ ਕਬੂਤਰ ਮੇਂ ਨਹੀਂ ਹੋਗੀ ਬਿਲਕੁਲ ਐਸਾ ਹੀ ਆਪ ਉਸਤਾਦ ਅਜ਼ਰ ਦੇ ਘਰ ਵੀ ਚਲੇ ਗਏ ਉਨਕੇ ਵੀ ਕਬੂਤਰੋਂ ਮੇਂ ਯਹੀ ਬਲੱਡ ਲਾਈਨ ਮੇਂ ਯਹੀ ਚੀਜ਼ ਚਲੀ ਆ ਚਲੋ ਵਾਪਸੀ ਦੇਖ ਰਹੇ ਹਾਂ ਵੀ ਕਿਹੜਾ ਰਸਤਾ ਕਰਦੇ ਨੇ ਨਹੀਂ ਨਹੀਂ ਸੁਲਤਾਨ ਬੇਗ ਪੁੱਛੋ ਕਿ ਰਸ਼ ਬੜਾ ਸੀ ਪਤਾ ਨਹੀਂ ਕਿਹੜੇ ਕਿਹੜੇ ਰਸਤਾਂ ਤੋਂ ਸੁਲਤਾਨ ਵੀ ਲੈ ਕੇ ਆਏ ਨੇ ਸਾਨੂੰ ਬਾਰਡਰ ਦੇ ਉੱਤੋਂ ਦੀ ਲਿਆਂਦਾ ਬਾਰਡਰ ਦੇ ਨਾਲੋਂ ਨਾਲ ਬਾਰਡਰ ਦੇ ਉੱਤੋਂ ਦੀ ਸਿਕਿਉਰਿਟੀ ਲਾਈਨ ਜਿਹੜੀ ਲੱਗੀ ਉਹਦੇ ਨਾਲੋਂ ਨਾਲੋਂ ਅਸੀਂ ਆਏ ਹਾਂ ਲਓ ਜੀ ਆ ਸ਼ੇਰੀ ਨੇ ਲਾਸਟ ਬਾਹਰ ਕੱਢੇ ਨੇ ਪਿੰਦੇ ਤੁਸੀਂ ਸਾਡੇ ਮੁਹਤਰਮ ਚੈੱਕ ਕਰੋ ਸਾਰੇ ਇੱਕ ਮੂੰਹ ਦੇ ਇੱਕੋ ਸ਼ੇਪ ਸਭ ਦੀ ਪਤਾ ਹੈਗਾ ਪਤਾ ਹੈਗਾ ਪਾਣੀ ਲੈ ਕੇ ਆਇਆ ਬੜੀ ਚੀਜ਼
پر کا جے والا جناب پتہ نہیں یہ کتنے پر کا ہے یہ سب اڑے ہوئے ہیں جی جنیا دوستاں بھرا نے سلام کیا جی تمام نو وعلیکم السلام عاشق سین صاحب دی ڈیرے والی چھت جی ادھر نیازی صاحب آئے سن شو کرنے واسطے آ سن تے نیڑے پے اسی تہانوں شو کرا رہے ہیں کیا بات ہے جی بشارت علی بشارت صاحب ہی آ گئے نے جی اج جی علی رضا صاحب شکریہ جی فیاض خان صاحب تھینک یو جی عمران باجوا صاحب شکریہ ڈیرا پیر موجی شاہ جی بالکل جی استاد عامر سلطان صاحب جی استاد جی کیسے لگے ہیں ماشاءاللہ جی بہت اعلیٰ کبوتر بہت ہی پسند آئے ہیں کبوتر باڈی اسٹرکچر اور بہت بنے ہوئے کبوتر ہیں مزہ آ گیا جی استاد جی دیکھو کیسے ایک منہ دے رہے سارے جی بالکل لگ رہے ہیں دیکھو سارا ایکو جیسے لگ رہے ہیں جی بالکل ہاں جی بہت مزہ آیا جی تے اج سیالکوٹ دا وزٹ کر کے کیسا لگا تہانوں بہت ہی مزہ آیا جی بہت مزہ آیا جی تے پہلی دفعہ آئے ہو یا پہلے بھی آئے نہیں پہلے بھی آیا پہلے دی آج دی پہلی دفعہ جی ہاں پہلے بھی آیا دوسرا چکر ہے دوسرا ہاں دوسرا بہت مزہ آیا ٹھیک ہے اور تہاڈا تھا گرائیوں دے شکر ادا کر رہے ہیں تابعہ دار جننے بھی استاد محترم نے ساڈے جننے بھی پاکستان دے بہت قیمتی وقت اپنا تسی دتا او ساڈے نال تسی رہ جے صحیح میرا سلام سر ساڈے لو ڈبل دو ہتھاں نال سلام اور یہ میاں والی جی کہندے نے دو ہتھاں نال سلام اج وہ اگے نے جی میں میاں والی سے جی میاں والی نے میاں والے انہاں وہ مینشن کرن گے جی باقی کہندے ہون گے جی بہت مزہ آیا سلطان بھائی بہت مزہ آیا جی انشاءاللہ تہاڈے کول لگاواں گے چکر اتے تہاڈا شوق دیکھاں گے ویلکم جی ویلکم ویلکم انشاءاللہ میں تے کہندا سلطان بھائی اکٹھے چلئیے نصیحت یا مشورہ دیکھو جی سب تو پہلی بات یہ ہے کہ اپنا بھائی تھی ایک جی مثال دیتی ہے نا جی وہ چھت اتنے آن والی جنریشن واسطے اور سب واسطے ہی میں کہنا کہ دوبارہ تباری آئی ڈی رپیٹ کرن مینوں کہن دی ضرورت ہی نہیں کہ جو اج تسی اچھی گل کیتی جو سمجھایا ہے مینوں کہن دی کوئی ضرورت نہیں وہ دوبارہ تہاڈی آئی ڈی تہاڈے کول دیکھ لین بالکل بہت ہی ٹاپک تسی اچھا کیتا ہے وہ بنایا اور مزہ آیا جی ٹھیک ہے تو لو جی دوستو سانوں اجازت دیو انشاءاللہ پھر تہاڈے نال ملاقات ہوئے گی اج استاد اظہر نیازی صاحب آئے سن شاگرد کرن دے دوران صاحب نال ساڈے پیچھے پیچھے پھر رہے نے ہے جی جی ٹھیک ہے جی تے شاگرد کیتے سن یہ دوران بھائی کو آج ہم نے شاگرد کیا جی فیصل آباد میں راجہ ہرپال میں راجہ ہرپال سیالکوٹ 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 جی تے لو جی استاد جی پھر جی فیصل بھائی اظہر صاحب نو بھی اجازت دیو جی تے سانو بھی اجازت دیو جی انشاءاللہ پھر تہاڈے نال ملاقات ہوئے گی اللہ حافظ تے رب رکھے السلام علیکم